ਦਰਗਾਹ ਹਜ਼ਰਤ ਕਾਸਿਮ ਸ਼ਹੀਦ ਰਹਿਮਤੁੱਲਾ ਦਾ ਸਾਲਾਨਾ ਤੀਜਾ ਸਾਲਾਨਾ ਉਰਸ ਮੇਲਾ ਤਾਜਪੁਰ ਰੋਡ ਤੇ ਜਿਹੜਾ ਕਰਵਾਇਆ ਗਿਆ। ਇਸ ਮੌਕੇ ਤੇ ਮਸ਼ਹੂਰ ਬਾਲੀਵੁੱਡ ਸਿੰਗਰ ਮਾਸਟਰ ਸਲੀਮ ਅਤੇ ਪ੍ਰਸਿੱਧ ਸੂਫੀ ਗਾਇਕ ਵਨੀਤ ਖਾਨ ਨੇ ਅਤੇ ਪ੍ਰਸਿੱਧ ਕਵਾਲ ਸੁਲਤਾਨਾ ਨੂਰਾ ਨੇ ਗੁਣਗਾਨ ਕੀਤਾ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਸ ਦੀਆਂ ਝਲਕੀਆਂ। ਮੈਂ ਮੇਲਾ ਕਰਾ ਰਹੀ ਹਾਂ, ਸਾਰੇ ਮੇਰੇ ਮਾਈਓ ਨੂੰ, ਸਾਰੇ ਮੇਰੇ ਭਾਈਓ ਨੂੰ, ਸਾਰੇ ਮੇਰੇ ਜਨਤਾ ਪਬਲਿਕ ਨੂੰ ਸਤਿ ਸ਼੍ਰੀ ਅਕਾਲ, ਨਗਰ ਵਾਸੀ ਨੂੰ ਸਤਿ ਸ਼੍ਰੀ ਅਕਾਲ। ਮੈਂ ਧੂਮਧਾਮ ਨਾਲ ਮੇਲਾ ਕਰਾਉਣ ਦੀ ਤੀਜਵਾਂ ਮੇਲਾ ਹੈਗਾ ਸਾਡਾ। ਹਾਂਜੀ, ਇਹ ਕਾਸਿਮ ਸੈਯਦ ਬਾਬਾ ਜਿੰਨਾਤ ਬਾਬਾ ਪਾਰਟੀ ਆਈ ਹੈ ਮਾਸਟਰ ਸਲੀਮ, ਜੋਤੀ ਨੂਰਾ ਔਰ ਵਿਨੀਤ ਖਾਨ। ਬਹੁਤ ਅੱਛਾ ਲੱਗਿਆ ਉਰੇ ਆ ਕੇ ਪ੍ਰੋਗਰਾਮ, ਬਹੁਤ ਹੀ ਅੱਛੇ ਲੋਕ ਨੇ, ਬਹੁਤ ਅੱਛਾ ਪ੍ਰੋਗਰਾਮ ਕਰ ਰਹੇ ਆ। ਮੈਂ ਉਦੋਂ ਬਾਲਾ ਸਾਹਿਬ ਠਾਕਰੇ ਦੀ ਟੀਮ ਅੱਜ ਮੇਲੇ 'ਤੇ ਆਈ ਹੈ, ਰਹਿਮਤਾਂ ਦੇ ਮੇਲੇ 'ਤੇ ਆਈ ਹੈ। ਉਹਨਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਭਗਵਾਨ ਅੱਗੇ ਅਰਦਾਸ ਕਰਦਾ ਕਿ ਇੱਦਾਂ ਹੀ ਮੇਲੇ ਲੱਗੇ ਰਹਿਣ ਅਤੇ ਪੰਜਾਬ ਇੱਦਾਂ ਹੀ ਹੱਸਦਾ ਅਤੇ ਖੁਸ਼ਹਾਲ ਰਹੇ। ਮੋਤਬਰ ਔਰ ਅੱਜ ਇਹ ਜਿਹੜਾ ਪ੍ਰੋਗਰਾਮ ਮਾਈ ਜੀ ਵੱਲੋਂ ਕਰਵਾਇਆ ਗਿਆ ਅਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਮੁਸਕਾਨ ਮਾਈ ਜੀ ਨੂੰ, ਜਿੰਮੀ ਬਾਜੀ ਨੂੰ ਔਰ ਤਮਾਮ ਜਿੰਨੇ ਵੀ ਲੁਧਿਆਣਾ ਵਾਸੀ ਸਾਰਿਆਂ ਨੂੰ, ਕਿਉਂਕਿ ਇੱਦਾਂ ਦਾ ਇਹ ਮੈਸੇਜ ਭਾਵੇਂ ਉਹ ਜਾਗਰਨ ਹੋਵੇ ਜਾਂ ਸੂਫੀ ਮਹਿਫਲ ਹੋਵੇ, ਇੱਕ ਸਾਂਝ ਦਾ ਉਪਦੇਸ਼ ਹੈ ਹਰ ਵਰਗ ਦੇ ਲਈ, ਇੱਕ ਪਿਆਰ ਦਾ ਉਪਦੇਸ਼ ਹੈ ਜੋ ਸਾਡੇ ਮੀਡੀਆ ਦੌਰਾਨ ਇਹ ਇੱਕ ਸੱਚਾ ਮੈਸੇਜ ਆਉਂਦਾ ਕਿ ਇੱਥੇ ਹਰ ਧਰਮ ਨੂੰ ਨਵਾਜਿਆ ਜਾਂਦਾ, ਹਰ ਧਰਮ ਦਾ ਪਿਆਰ ਸਤਿਕਾਰ ਕੀਤਾ ਜਾਂਦਾ ਅਤੇ ਪਿਆਰ ਅਮਨ ਸ਼ਾਂਤੀ ਬਣਾਏ ਰੱਖਣਾ ਇਹ ਇਕਲਾਖੀ ਫਰਜ਼ ਆ ਹਰ ਇੱਕ ਇਨਸਾਨ ਦਾ। ਸਾਡੇ ਬਹੁਤ ਹੀ ਸਤਿਕਾਰਯੋਗ ਮੁਸਕਾਨ ਮਹੰਤ ਜੀ, ਸਾਡੇ ਜਿੰਮੀ ਵੀਰ ਜੀ, ਹਰ ਸਾਲ ਦੇ ਵਾਂਗ ਸਾਲਾਨਾ ਮੇਲਾ ਜਿੱਦਾਂ ਖਾਨ ਸਾਹਿਬ ਨੇ ਦੱਸਿਆ, ਵਿਨੀਤ ਜੀ ਨੇ, ਕਿਉਂਕਿ ਸੁਰਾਂ ਦੇ ਮਾਲਕ ਨੇ ਔਰ ਇਹ ਜਿਹੜੇ ਉਪਰਾਲੇ ਨੇ ਇਹ ਸਾਰੇ ਧਰਮਾਂ ਨੂੰ ਜੋੜਦੇ ਆ ਅਤੇ ਕਿੰਨਰ ਸਮਾਜ ਮੈਂ ਸਮਝਦਾ ਸਾਡੇ ਸਮਾਜ ਦਾ ਉਹ ਅਭਿੰਨ ਅੰਗ ਹੈ ਜਿਹੜੇ ਸਾਰੇ ਪਰਿਵਾਰਾਂ ਦੀ ਖੈਰ ਮੰਗਦੇ ਆ, ਸਭ ਦੇ ਘਰਾਂ ਦੀ ਖੁਸ਼ੀਆਂ ਮੰਗਦੇ ਆ, ਸਭ ਨੂੰ ਦੁਆਵਾਂ ਦਿੰਦੇ ਆ, ਸਭ ਨੂੰ ਇੱਕੋ ਗੱਲ ਕਹਿੰਦੇ ਆ ਕਿ ਭਲਾ ਹੋਵੇ। ਸੋ ਅੱਜ ਮਾਈ ਭੋਲੀ ਮਹੰਤ ਜੀ, ਮੁਸਕਾਨ ਮਹੰਤ ਜੀ, ਤਮਾਮ ਕਿੰਨਰ ਸਮਾਜ ਦੇ ਚਰਨਾਂ 'ਚ ਕੋਟੀ ਕੋਟੀ ਨਮਨ ਹੈ। ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ।